ਕਿਸਾਨਾਂ ਦੀ ਵਜ੍ਹਾ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ। ਕਿਸਾਨ ਤਾਂ ਧਰਨਾ ਲਾ ਲੈਂਦੇ, ਇੰਡਸਟਰੀ ਕਿੱਥੇ ਧਰਨਾ ਲਾਏਗੀ? ਇਹਨਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਦਾ ਅਤੇ ਉਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਖੌਤੀ ਲੀਡਰ ਹੈ, ਉਹਨਾਂ ਦਾ ਮਿਲੀ ਭਗਤ ਸਾਹਮਣੇ ਆ ਗਈ। ਕਿੱਥੇ ਗਿਆ ਉਹ ਪੈਸਾ? ਉਹਦਾ ਹਿਸਾਬ ਤਾਂ ਕਿਸੇ ਨੂੰ ਤਾਂ ਦੇਣਾ ਹੀ ਪਊਗਾ ਸਾਹਿਬ, ਜਾਂ ਤਾਂ ਭਗਵੰਤ ਮਾਨ ਜੀ ਜਵਾਬ ਦੇਣ। ਲੇਕਿਨ ਉਹ ਕਹਿੰਦੇ ਕਿ ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਨੇ ਔਰ ਸਰਕਾਰ ਤੋੜਨ ਦੀ ਕੋਸ਼ਿਸ਼। ਹਾਂ, ਉਹ ਇੱਕ ਤਾਂ ਆਇਆ ਜੀ, ਉਹਨਾਂ ਨੂੰ ਅਗਰ ਸ਼ਰਮ ਆਵੇ ਨਾ ਤਾਂ ਜੀ ਹੁਣੇ ਆ ਕਰਦੇ, ਪਰ ਜਦੋਂ ਇਹਨਾਂ ਨੇ ਆਹ ਗੱਲ ਕਹੀ ਹੈ, ਮੈਨੂੰ ਅੱਜ ਲੱਗਦਾ ਵੀ ਆਹ ਜਿਹੜੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ, ਹਿੰਦੂਆਂ ਨਾਲ ਨਫ਼ਰਤ ਕਰਦੀ ਹੈ। ਇੰਡਸਟਰੀ ਨੇ ਬਹੁਤ ਸਾਰੀਆਂ ਆਪਣੀਆਂ ਗੱਲਾਂ ਬਾਤਾਂ, ਆਪਣੀਆਂ ਮੰਗਾਂ ਰੱਖੀਆਂ, ਉਹਨਾਂ ਦੇ ਵਿੱਚ ਇੱਕ ਗੱਲ ਇਹ ਵੀ ਰੱਖੀ ਕਿ ਕਿਸਾਨਾਂ ਦੀ ਵਜ੍ਹਾ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ। ਕਿਸਾਨ ਤਾਂ ਧਰਨਾ ਲਾ ਲੈਂਦੇ, ਇੰਡਸਟਰੀ ਕਿੱਥੇ ਧਰਨਾ ਲਾਏਗੀ? ਐਗਜੈਕਟਲੀ, ਉਹਨਾਂ ਨੇ ਕਿਹਾ ਜਿਹੜਾ ਧਰਨਾ ਲੱਗ ਰਿਹਾ ਉਹਦੇ ਕਰਕੇ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ। ਅਤੇ ਮੈਂ ਸਮਝਦਾ ਕਿ ਬਹੁਤ ਹੀ ਵੈਲਿਡ ਪੁਆਇੰਟ ਹੈ, ਭਗਵੰਤ ਮਾਨ ਜੀ ਇੱਕ ਚੀਫ ਮਿਨਿਸਟਰ ਹੈ ਪੰਜਾਬ ਦੇ, ਉਹ ਆਪਣੀ ਜ਼ਿੰਮੇਵਾਰੀ ਭੁੱਲ ਗਏ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਕਿਸਾਨਾਂ ਨਾਲ ਗੱਲ ਕਰਕੇ ਉਹਨਾਂ ਦੇ ਜੋ ਵੀ ਮਸਲੇ ਹੱਲ ਕਰ ਸਕਦੇ ਸੀ ਕਰਨੇ ਚਾਹੀਦੇ ਸੀਗੇ। ਜੋ ਕਹਿ ਰਹੇ ਸੀ ਵੀ ਮੈਂ MSP ਦੇ ਦੂੰਗਾ, ਮੈਂ ਇੱਥੇ ਜੇ ਕੇਂਦਰ ਸਰਕਾਰ ਨਹੀਂ ਫਸਲ ਖਰੀਦਦੀ ਮੈਂ ਬਾਹਰ ਭੇਜ ਦੂੰਗਾ, ਅਤੇ ਜੇ ਉਹਨਾਂ ਨੇ ਉਹਨਾਂ ਦੀ ਡੇਲੀ ਵੇਜਿਸ ਦਾ ਮਸਲਾ ਸੀ ਮਜ਼ਦੂਰੀ ਦਾ, ਅਤੇ ਉਹ ਤਾਂ ਹੈ ਹੀ ਸਟੇਟ ਗਵਰਨਮੈਂਟ ਦਾ ਜੋਬ ਹੈ, ਅਤੇ ਉਹਨਾਂ ਨੂੰ ਕਰਕੇ ਉਹਨਾਂ ਨੂੰ ਉਠਾਉਣਾ ਸੀਗਾ। ਮੈਂ BJP ਦੇ ਤੌਰ 'ਤੇ ਉਹਨਾਂ ਨੂੰ ਅਪੀਲ ਕੀਤੀ ਵੀ ਤੁਹਾਡੀ ਅਗਰ ਕੋਈ ਪਰੇਸ਼ਾਨੀ BJP ਨਾਲ ਹੈ ਤਾਂ ਸਾਡੇ ਖਿਲਾਫ਼ ਤੁਸੀਂ ਧਰਨਾ ਲਾ ਲਓ, ਆਮ ਪਬਲਿਕ ਨੂੰ, ਗਰੀਬ ਆਦਮੀ ਨੂੰ ਅਤੇ ਵਪਾਰੀਆਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਇਵੈਂਚੁਅਲੀ ਇੱਕ ਮਹੀਨੇ ਦੇ ਬਾਅਦ ਜਦੋਂ ਇਹਨਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਦਾ ਅਤੇ ਉਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਅਖੌਤੀ ਲੀਡਰ ਹੈ, ਉਹਨਾਂ ਦਾ ਮਿਲੀ ਭਗਤ ਸਾਹਮਣੇ ਆ ਗਈ ਵੀ ਧਰਨਾ ਤਾਂ ਲਾਉਣ ਚੱਲੇ ਸੀ ਤੁਸੀਂ ਚੰਡੀਗੜ੍ਹ, ਪਹੁੰਚ ਗਏ ਸ਼ੰਭੂ ਬਾਰਡਰ, ਉਸ ਟਾਈਮ ਨਾਲ ਦੀ ਨਾਲ ਧਰਨਾ ਚੱਕਾ ਵੀ ਗਿਆ ਸਭ। ਅਤੇ ਇਹ ਇੱਕ ਲੱਗਦਾ ਵੀ ਕਿਸਾਨ ਧਰਨਾ ਨਹੀਂ ਲਾ ਰਹੇ, ਇਹ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹ ਆਪਣੇ ਨਿੱਜੀ ਸਵਾਰਥਾਂ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ। ਉਹ ਵੀ ਉਹਨਾਂ ਨੇ ਦੇਖਿਆ ਵੀ ਸਾਨੂੰ ਕਿਸਾਨ ਪਰੇਸ਼ਾਨ ਕਰ ਰਹੇ ਆ, ਜੋ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਬਦਨਾਮ ਕਰ ਰਹੇ ਸਭ, ਸਰਕਾਰ ਜਿਹੜੀ ਹੈ ਆ ਕਾਂਗਰਸ ਪਾਰਟੀ ਦੇ ਅਖੌਤੀ ਜਿਹੜੇ ਲੀਡਰ ਹੈ, ਕਿਸਾਨ ਅਤੇ ਵਪਾਰੀ ਦੇ ਵਿੱਚ ਫ੍ਰਿਕਸ਼ਨ ਪੈਦਾ ਕਰ ਰਹੇ, ਜੋ ਕਿ ਬਹੁਤ ਹੀ ਦੁਰਭਾਗਿਆਪੂਰਨ ਮੈਂ ਸਮਝਦਾ, ਬਹੁਤ ਹੀ ਮੰਦਭਾਗੀ ਗੱਲ ਹੈ, ਇਹਨੂੰ ਟਾਲ ਕਰਨਾ ਚਾਹੀਦਾ। ਅਤੇ ਕਿਸਾਨਾਂ ਦੇ ਮਸਲੇ ਤਾਂ BJP ਹੱਲ ਕਰ ਰਹੀ ਹੈ ਸਭ, ਹੋਰ ਵੀ ਕਰਾਂਗੇ, ਗੱਲਬਾਤ ਦੇ ਨਾਲ ਨਿਕਲੂਗੀ। ਕਿਸਾਨਾਂ ਦੀ ਆਮਦਨ ਨੂੰ ਇਨਕਰੀਜ਼ ਕਰਨ ਦੀ, ਵਧਾਉਣ ਦੀ ਲੋੜ ਹੈ, ਉਹਦੇ ਵਾਸਤੇ ਅਸੀਂ ਵਚਨਬੱਧ ਹਾਂ, ਅਸੀਂ ਕਰਾਂਗੇ, ਚਾਹੇ ਐਨੀਮਲ ਹਸਬੈਂਡਰੀ ਹੈ, ਡੇਅਰੀ ਦਾ ਕੰਮ ਹੈ, ਫਿਸ਼ਰੀਜ਼ ਦਾ ਹੈ, ਹੋਰ ਵੀ ਹਰੇਕ ਤਰੀਕੇ ਨਾਲ, ਚਾਹੇ ਕਿਸਾਨ ਸਨਮਾਨ ਨਿਧੀ ਹੈ, 900 ਕਰੋੜ ਰੁਪਇਆ ਕਿਸਾਨਾਂ ਵਾਸਤੇ ਮੋਦੀ ਸਾਹਿਬ, ਇੱਥੇ ਕਿਸਾਨਾਂ ਨੂੰ 15 ਲੱਖ ਕਿਸਾਨਾਂ ਨੂੰ 6,000 ਰੁਪਈਏ ਸਾਲਾਨਾ ਮਿਲਣੇ ਚਾਹੀਦੇ ਹੈ, ਜੋ ਸਰਕਾਰ ਦੀ ਨਲਾਇਕੀ ਜਾਂ ਇਹਨਾਂ ਦੀ ਮਾੜੀ ਨੀਅਤ ਕਰਕੇ ਉਹਨਾਂ ਨੂੰ ਨਹੀਂ ਮਿਲ ਰਿਹਾ। ਤੁਸੀਂ ਕਿਸਾਨ ਲੀਡਰਾਂ ਦਾ ਵੀ ਜ਼ਿਕਰ ਕੀਤਾ ਕਿ ਇਹ ਜਾਣਬੁੱਝ ਕੇ ਖਰਾਬ ਕਰ ਰਹੇ ਨੇ, ਇਹਨਾਂ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾ ਰਿਹਾ, ਦੇਖਿਆ ਜਾ ਰਿਹਾ? ਵਪਾਰੀ ਆ ਕੇ ਕਹਿ ਰਹੇ ਸਾਹਿਬ, ਮੈਨੂੰ ਤਾਂ ਜਿਹੜੇ ਇੱਥੇ ਦੇ ਲੁਧਿਆਣੇ ਦੇ ਅੰਦਰ ਮੈਂ ਜੋ ਕੁਛ ਦੇਖਿਆ, ਉਹਨਾਂ ਨੇ ਆ ਕੇ ਇੱਥੇ ਆਪਣੀ ਕੋਰਟ ਸਿਸਟਮ ਚਾਲੂ ਕਰਤਾ, ਉੱਥੇ ਧਰਨਾ ਲਾ ਕੇ ਇੱਕ ਵਪਾਰੀ ਤੋਂ 4.5 ਕਰੋੜ ਦਾ ਤਾਂ ਚੈੱਕ ਲੈ ਕੇ ਗਏ ਸਾਹਿਬ, ਸਰਕਾਰ ਨੇ ਬੈਠ ਕੇ ਵਿਚਾਲੇ ਆ ਕਰਵਾਇਆ ਸਮਝੌਤਾ, ਫਿਰ ਕੋਰਟਾਂ ਦੇ ਤਾਲੇ ਲਾ ਦਈਏ ਸਾਹਿਬ, ਕਿੱਥੇ ਗਿਆ ਉਹ ਪੈਸਾ? ਉਹਦਾ ਹਿਸਾਬ ਕਿਤਾਬ ਕਿਸੇ ਨੂੰ ਤਾਂ ਦੇਣਾ ਹੀ ਪਊਗਾ ਸਾਹਿਬ, ਜਾਂ ਤਾਂ ਭਗਵੰਤ ਮਾਨ ਜੀ ਜਵਾਬ ਦੇਣ, ਉਹਨਾਂ ਦਾ ਫਰਜ਼ ਬਣਦਾ ਸੀ ਵੀ ਦੋਨਾਂ ਨੂੰ ਪ੍ਰੋਟੈਕਟ ਕਰ, ਅਗਰ ਕਿਸੇ ਦਾ ਨੁਕਸਾਨ ਕਿਸਾਨ ਦਾ ਸੀਗਾ, ਆਹ ਤਾਂ ਨਹੀਂ ਸਾਹਿਬ ਵੀ ਕੋਈ ਬਾਹਰੋਂ ਆ ਕੇ ਥਰਡ ਪਾਰਟੀ ਆ ਕੇ ਜਿਹਨੂੰ ਕਾਂਗਰੂ ਕੋਰਟ ਕਹਿੰਦੇ, ਆਹ ਤਾਂ ਨਹੀਂ ਲੱਗ ਸਕਦੀ, ਲੋਅ ਐਂਡ ਆਰਡਰ ਖਤਮ ਹੋ ਗਿਆ ਸਾਹਿਬ। ਜੇ ਤੁਸੀਂ ਜਿਵੇਂ ਕਹਿੰਦੇ ਨੇ, ਵੈਸੇ ਤਾਂ ਕਾਲਰ ਫੜ ਕੇ ਕਰਾਂਗੇ ਜਾਂ ਗਲੇ ਧੋਣ 'ਚ ਹੱਥ ਪਾ ਕੇ ਗੱਲ ਕਰਾਂਗੇ, ਆ ਇੱਕ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਸਾਹਿਬ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਨਾਂ ਨੂੰ ਨਿਪਟਾਉਣ, ਕਿਉਂ ਆ ਕਲੈਸ਼ ਪੈਦਾ ਹੋ ਰਹੇ? ਅਮਿਤ ਸ਼ਾਹ ਪੰਜਾਬ ਆਉਂਦੇ ਨੇ, ਉਹ ਕਹਿੰਦੇ ਨੇ ਕਿ ਲੋਕ ਸਭਾ ਤੋਂ ਬਾਅਦ ਪੰਜਾਬ ਦੀ ਸਰਕਾਰ ਚੱਲਣ ਵਾਲੀ ਨਹੀਂ ਹੈ, ਸਰਕਾਰ ਡਿੱਗ ਜਾਏਗੀ। ਅਰਵਿੰਦ ਕੇਜਰੀਵਾਲ News 18 ਤੇ ਆ ਕੇ ਕਹਿੰਦੇ ਨੇ, ਉਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ 92 ਵਿਧਾਇਕ ਸਾਡੇ ਕੋਲ ਨੇ, ਤੁਸੀਂ ਕਿਉਂ ਪੰਜਾਬੀਆਂ ਦੀ ਦਿੱਤੀ ਹੋਈ ਜਿਹੜੀ ਇੱਕ ਬਹੁਮਤ ਹੈ ਉਸ ਨੂੰ ਖਰਾਬ ਕਰ ਰਹੇ ਹੋ? ਵਿਧਾਇਕਾਂ ਨੂੰ ਡਰਾਓਗੇ, ਧਮਕਾਓਗੇ ਜਾਂ ED CBI ਪਿੱਛੇ ਲਾਓਗੇ? ਕਿਸੇ ਨੂੰ ਲਾਉਣ ਦੀ ਲੋੜ ਨਹੀਂ ਸਰ,
ਕਿਸੇ ਨੂੰ ਕਿਸੇ ਦੇ ਪਿੱਛੇ ਨਹੀਂ ਲਾਇਆ। ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਆਪਣੇ ਅੰਦਰ ਗਰੇਬਾਨ 'ਚ ਝਾਕ ਕੇ ਦੇਖਣਾ ਚਾਹੀਦਾ ਹੈ ਵੀ ਇਹ ਜਿਸ ਕਿਸਮ ਦੀ ਵੀਡੀਓਜ਼ ਆ ਰਹੀ ਹੈ। ਪਹਿਲਾਂ ਇੱਕ ਸਿਵਲ ਸਪਲਾਈ ਮਿਨਿਸਟਰ ਕਟਾਰੂ ਚੱਕ ਦੀ ਜੀ ਆਈ ਸੀ, ਹੁਣ ਦੂਜੇ ਕਿਸੇ ਭੁੱਲਰ ਸਾਹਿਬ ਦੀ ਆਈ ਹੋਈ ਹੈ। ਇੱਕ ਸੱਭਿਆ ਸਮਾਜ ਹੈ ਸਾਹਿਬ, ਉਸ ਇਸ ਕਿਹਨੂੰ ਕਹੂੰ ਇੰਨੀ ਗੰਦਗੀ ਦੇ ਹੇਠਾਂ ਜਦੋਂ ਸਰਕਾਰ ਆ ਜੇ ਸਾਹਿਬ, ਉਹਨੂੰ ਤਾਂ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਸਰ। ਉਹ ਅੱਜ ਮੁਖੀਆ ਹੈ ਭਗਵੰਤ ਮਾਨ ਜੀ, ਜੋ ਕੁਛ ਵੀ ਹੈ, ਕਿਸੇ ਨੂੰ ਪਾਰਟੀ ਨੂੰ ਚਾਹੇ ਚੰਗਾ ਲੱਗਣ ਮਾੜਾ ਲੱਗਣ, ਪਰ ਲੋਕਾਂ ਨੇ ਚੁਣ ਕੇ ਉਹਨਾਂ ਨੂੰ ਅੱਜ ਮੁਖੀਆ ਬਣਾਇਆ। ਉਹ ਮੁਖੀਆ ਦਾ ਰੋਲ ਨਿਭਾਉਣ ਸਾਹਿਬ, ਕਿਉਂ ਭੁੱਲਰ ਜੀ ਦੇ ਨਾਲ ਚੱਕੀ ਫਿਰਦੇ ਆ ਵੀ ਜਦੋਂ ਤਾਈਂ ਇਹਦੀ ਅਥੈਂਟੀਸਿਟੀ ਨਹੀਂ ਪ੍ਰੂਵ ਹੁੰਦੀ ਪਾਸੇ ਹੋ ਜਾਓ। ਅੱਜ ਤਾਈਂ ਕਟਾਰੂ ਚੱਕ ਜੀ ਵੀ ਤੁਰੇ ਫਿਰਦੇ, ਉਹ ਤਾਂ ਅਥੈਂਟੀਸਿਟੀ ਸੀਗੀ ਸਾਰਾ, ਲੇਕਿਨ ਉਹ ਕਹਿੰਦੇ ਕਿ ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਨੇ ਔਰ ਸਰਕਾਰ ਤੋੜਨ ਦੀ ਕੋਸ਼ਿਸ਼। ਹਾਂ, ਇੱਕ ਤਾਂ ਆ ਜੀ, ਉਹਨਾਂ ਨੂੰ ਅਗਰ ਸ਼ਰਮ ਆਵੇ ਨਾ ਤਾਂ ਜੀ ਹੁਣੇ ਆ ਕਰ ਦੇਣ। ਦੂਜੀ ਜਿਹੜੀ ਸਰਕਾਰ ਦੌੜ ਧਮਕੀ ਨਹੀਂ ਦੇ ਕੇ ਗਏ ਸਾਹਿਬ, ਸ਼ੀਸ਼ਾ ਦਿਖਾ ਕੇ ਗਏ ਹੈ ਵੀ ਤੁਹਾਡੇ ਤੋਂ ਆਪਣੇ 7 ਮੈਂਬਰ ਰਾਜ ਸਭਾ ਦੇ ਜਿਹੜੇ ਤੁਸੀਂ ਬਣਾ ਕੇ ਭੇਜੇ ਸੀ ਉਹ ਸਾਰੇ ਖੇਰੂ ਹੋ ਗਏ ਜੀ। ਉੱਥੇ ਤਾਂ ਕੋਈ ਅਜੇ ED ਦਾ ਕੇਸ ਨਹੀਂ ਬਣਿਆ। ਰਾਘਵ ਚੱਡਾ ਜੀ ਆ ਗਏ ਉੱਥੋਂ ਆਪਰੇਸ਼ਨ ਕਰਾ ਕੇ, ਮਹੱਲਾ ਕਲੀਨਿਕ 'ਚ ਨਹੀਂ ਕਰਵਾਇਆ, ਇੰਗਲੈਂਡ ਤੋਂ ਕਰਵਾ ਕੇ ਆਏ ਹੈ, ਉਹ ਵੀ ਨਹੀਂ ਖੜੇ ਨਾਲ। ਅਤੇ ਜਿਸ ਤਰ੍ਹਾਂ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਸੀ ਨਾ, ਜਿਹਨੂੰ ਧਮਕੀ ਸਮਝ ਰਹੇ ਹੈ, ਅਮਿਤ ਸ਼ਾਹ ਜੀ ਨੇ ਕਿਹਾ ਸੀ ਆਹ ਜਿਹੜਾ ਕਰਪਸ਼ਨ ਹੈ ਉਹ ਅਸੀਂ ਖਤਮ ਕਰਨੀ ਹੈ, ਉਹਨੂੰ ਧਮਕੀ ਮੰਨ ਰਹੇ ਕਿਉਂਕਿ ਇਸ ਕੰਮ 'ਤੇ ਸਾਰੇ ਲਿਬੜੇ ਹਿਸਾਬ ਹੈ ਤਾਂ ਸਾਰੇ ਦੇ ਸਾਰੇ 5 ਲੱਖ ਰੁਪਏ ਤੋਂ ਲੈ ਕੇ ਕਿੰਨੇ ਤਾਂ ਮਿਨਿਸਟਰਸ ਦੇ ਕੇਸਿਸ ਹੋ ਗਏ, ਮੋਰਲੀ ਕਰਪਟ, ਫਾਈਨੈਂਸ਼ੀਅਲੀ ਕਰਪਟ, ਹਰ ਕਿਸਮ ਦੀ ਕਰਪਸ਼ਨ ਹੈ, ਉਹਨੂੰ ਇਹ ਧਮਕੀ ਸਮਝੇ ਜਾ ਰਿਹਾ। ਅਮਿਤ ਸ਼ਾਹ ਜੀ ਸਿਰਫ ਸ਼ੀਸ਼ਾ ਦਿਖਾ ਕੇ ਗਏ ਆ ਭਗਵੰਤ ਮਾਨ ਜੀ ਨੂੰ ਵੀ ਆਇਆ ਤੁਹਾਡੇ ਸਾਹਮਣੇ, ਤੁਸੀਂ ਆਪਣੇ ਭਾਰ ਦੇ ਆਪਣੀ ਗਲਤੀਆਂ ਦੇ ਆਪਣੇ ਕਾਲੇ ਕਰਤੂਤਾਂ ਦੇ ਕਰਕੇ ਡਿੱਗੋਗੇ, ਲੋਕਾਂ ਨੇ ਤੁਹਾਨੂੰ ਰਿਜੈਕਟ ਕਰ ਦੇਣਾ। ਜੇ ਇਹਨਾਂ ਨੂੰ 40% ਤੋਂ ਫਾਲਤੂ ਪਰਸੈਂਟੇਜ ਆਫ ਵੋਟ ਮਿਲੇ ਸੀਗੇ, ਹੁਣ ਇਲੈਕਸ਼ਨਾਂ 'ਚ ਤੁਸੀਂ ਦੇਖਿਓ, ਮੈਂ ਸਮਝਦਾ ਵੀ ਉਸੇ ਸਪੀਡ ਨਾਲ ਹੇਠਾਂ ਡਿੱਗਣਗੇ। ਫਿਰ MLA ਤਾਂ ਆਪ ਹੀ ਖੇਰੂ ਖੇਰੂ ਹੋ ਕੇ ਕਹਿ ਦੇਣਗੇ ਭਗਵੰਤ ਮਾਨ ਜੀ ਵਾਲੀ ਲੀਡਰੀ 'ਚ ਤਾਂ ਸਾਡਾ ਨਹੀਂ ਕੰਮ ਬਣਦਾ, ਕੋਈ ਹੋਰ ਲੀਡਰ ਪਾ ਲੈਣਗੇ। ਉਹ ਆਹ ਗੱਲ ਉੱਥੇ ਅਮਿਤ ਸ਼ਾਹ ਜੀ ਕਹਿ ਕੇ ਗਏ ਹੈ, ਇਹਨੂੰ ਇਹ ਧਮਕੀ ਬਣਾ ਰਹੇ ਆ। ਅਪਮਾਨ ਤਾਂ ਉਦੋਂ ਹੈ ਪੰਜਾਬੀਆਂ ਦਾ, ਬੇਇੱਜ਼ਤੀ ਤਾਂ ਉਦੋਂ ਹੈ ਜਦੋਂ ਇਸ ਕਿਸਮ ਦੇ ਮੰਤਰੀ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਜੀ ਨਾਲ ਚੱਕੀ ਫਿਰਦੇ ਆ। ਉਹ ਹੈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਬੇਇੱਜ਼ਤੀ, ਅਪਮਾਨ, ਸਾਡੀ ਬੱਚੀਆਂ ਦੇ ਪ੍ਰਤੀ ਜਿਸ ਕਿਸਮ ਦਾ ਜਿਹੜਾ ਕਹਿੰਦੇ ਆ ਨੌਕਰੀਆਂ ਦੇਵਾਂਗੇ, ਇਹ ਦੇਵਾਂਗੇ, ਇਹ ਸਭ ਦਿਸ ਇਜ਼, ਮਤਲਬ ਇਹਦੇ ਵਾਸਤੇ ਸ਼ਬਦ ਨਹੀਂ ਹੈ, ਗਿਣਾਉਣੀ ਆ ਹਰਕਤ ਜਿਹੜੀ ਹੈ, ਪੰਜਾਬੀ ਰਿਜੈਕਟ ਕਰਨਗੇ ਸਭ ਪੰਜਾਬ ਦੇ ਵਾਸਤੇ। ਬਾਕੀ ਸਾਰੀਆਂ ਗੱਲਾਂ ਬਾਅਦ 'ਚ, ਸਾਡੀ ਅਣਖ ਅਤੇ ਸਾਡੀ ਇੱਜ਼ਤ ਸਭ ਤੋਂ ਪਹਿਲਾਂ, ਇਹਨੇ ਸਾਡੀ ਇੱਜ਼ਤ ਨੂੰ ਰੋਲਤਾ, ਇੱਥੇ ਸਾਡੀ ਬੱਚੀਆਂ ਦੀ ਇੱਜ਼ਤ ਨੂੰ ਰੋਲਿਆ, ਇਹਦੇ ਵਾਸਤੇ ਲੋਕਾਂ ਨੇ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰਨਾ, ਇਸ ਕਰਕੇ ਡਿੱਗਣਗੇ। ਜਾਖੜ ਸਾਹਿਬ, ਹਿੰਦੀ ਮੈਂ 2 ਸਵਾਲ ਲੂੰਗਾ, ਫਿਰ ਆਪਣੇ ਅੱਗੇ ਜਾਣਾ। ਪਹਿਲਾ ਸਵਾਲ, ਅਰਵਿੰਦ ਕੇਜਰੀਵਾਲ ਕਹਿੰਦੇ ਹੈ ਕਿ 220 ਜਾਂ ਇਸੇ ਕਮ ਸੀਟਾਂ BJP ਕੀ ਇਸ ਵਾਰ ਦੇਸ਼ ਮੇ ਆ ਰਹੀ ਹੈ, ਇੰਡੀਆ ਅਲਾਇੰਸ 300 ਕੇ ਕਰੀਬ ਸੀਟਾਂ ਲੈ ਕਰ ਆ ਰਿਹਾ ਹੈ, ਆਪਕੋ ਕਿਤਨੀ ਸੀਟਾਂ ਜੋ ਹੈ ਵੋ ਨਜ਼ਰ ਆਤੀ ਹੈ, ਇਸ ਆਪਣੇ ਪੂਰਾ ਅੰਕਲਨ ਕੀਆ ਹੋਗਾ, ਪੰਜਾਬ ਮੇਂ ਕਿਤਨੀ ਸੀਟਾਂ ਆਪਕੋ ਨਜ਼ਰ ਆਤੀ ਔਰ ਦੇਸ਼ ਮੇਂ ਕਿਤਨੀ ਸੀਟਾਂ? ਮੈਂ ਇਸੇ ਦੂਸਰੇ ਨਜ਼ਰੀਏ ਸੇ ਦੇਖਤਾ ਹੂੰ ਪੰਕਜ ਜੀ। ਕੇਜਰੀਵਾਲ ਸਾਹਿਬ ਕਹਿ ਰਹੇ ਹੈ ਕਿ ਵੋਟ ਡਾਲੀਏ, ਮੁਝੇ ਵੋਟ ਡਾਲੇਂਗੇ ਤੋ ਮੈਂ 1 ਤਰੀਕ ਕੋ ਜੇਲ ਜਾਣੇ ਸੇ ਬਚ ਜਾਊਂਗਾ, ਉਨਕੋ 200 ਆ ਜਾਏ, ਉਨਕੋ 545 ਆ ਜਾਏ, 1 ਤਰੀਕ ਕੋ ਤੋ ਜੇਲ ਜਾਣਾ ਪੜੇਗਾ ਸਾਹਿਬ। ਉਹ ਭੁੱਲ ਚੁੱਕੇ ਹੈ ਕਿ ਇਹ ਜੋ ਵੋਟ ਹੈ ਇਹ ਕਰਪਸ਼ਨ ਕਰਨੇ ਕਾ ਲਾਇਸੈਂਸ ਨਹੀਂ ਹੈ, ਰਿਸ਼ਵਤ ਲੈਣੇ ਕਾ, ਸ਼ਰਾਬ ਘੁਟਾਲੇ ਮੇਂ ਅਗਰ ਆਪ ਪਕੜੇ ਗਏ ਹੋ ਤੋ ਵੋਟ ਲੈ ਕੇ ਆਪ ਸਜ਼ਾ ਸੇ ਨਹੀਂ ਬਚ ਸਕਤੇ ਸਾਹਿਬ। ਉਸਕੇ ਉੱਪਰ ਮੈਂ ਸਮਝਤਾ ਹੂੰ ਸਾਥ ਮੇਂ ਪਬਲਿਕ ਟਰਸਟ ਕੋ ਆਪਨੇ ਜੋ ਖਰਾਬ ਕੀਆ ਹੈ, ਉਸਕੋ ਅਗਰ ਯੂ ਹੈਵ ਬਿਟਰੇਡ ਪੀਪਲ, ਜਿਨਕੋ ਧੋਖਾ ਦਿਆ ਹੈ, ਉਹ ਕਲੌਜ਼ ਇੱਕ ਹੋਰ ਲੱਗਣੀ ਚਾਹੀਦੀ ਹੈ। ਨੰਬਰ ਆਪਕੋ ਅੰਕਲਨ ਆਪਕਾ ਦੇਸ਼ ਕਾ ਔਰ ਪੰਜਾਬ ਕਾ? ਮੈਂ ਇਨਕੀ ਤਰ੍ਹਾਂ ਜੋਤਿਸ਼ ਵਿੱਦਿਆ ਮੇਨ ਸਾਹਿਬ, ਲੋਕ ਮਨ ਬਣਾਏ ਬੈਠੇ ਹੈ, ਲੋਕ ਤੋ ਫੈਸਲਾ ਦੀਏ ਬੈਠੇ ਹੈ, ਅਬ 4 ਤਰੀਕ ਕੋ ਸਾਹਮਣੇ ਆ ਜਾਏਂਗੇ। ਪਰ ਇੱਕ ਬਾਤ ਗਾਰੰਟੀਡ ਹੈ,
जिस तेजी से पंजाब के अंदर आम आदमी पार्टी का ग्राफ ऊपर गया था उससे भी ज़्यादा तेजी से गिरेगा, और ये उसके चलते हुए सरकार गिरेगी क्योंकि इनमें इतनी हड़बड़ाहट होगी इनके MLAs के अंदर, वो सिर छिपाते फिरेंगे साहब। चुनाव में हर बार EVM का मुद्दा रहता है, EVM को लेकर BJP पर सवाल खड़े किए जाते हैं, इस बार EVM को लेकर किस तरह से आपको नजर? मैं नहीं समझता भी कहीं कोई इस बार सवाल उठाए, तो बार बार अब ये जो है ना काठ की गांडी बार बार चढ़ती नहीं, बहुत दफ़ा करके इन्होंने देख लिया कर्नाटका में इनकी सरकार बनी है, उसके बाद अगर आज भी ये इस किस्म की बातें करते हैं तो मैं समझता हूँ अपनी कमजोरियों को छिपाने की कोशिश ना करें। ये सारी पार्टियाँ अपने अंदर झांक के देखें कि क्या वजह है, क्यों हार रहे हैं, क्योंकि अभी तक ये लोगों के मुद्दे लोगों की भावनाएँ नहीं समझ पाए जिनसे वोट मांगने के, लोगों को बेवकूफ़ बनाने का प्रयास कर रहे हैं। चंडीगढ़ तक तो ये इकट्ठे हैं आम आदमी पार्टी और कांग्रेस, पंजाब में लोगों को बेवकूफ़ बना रहे हैं, तो ऐसे कैसे इनकी दुकानदारी चलेगी? लास्ट सवाल, कांग्रेस क्योंकि लुधियाना चो तुसी, कांग्रेस कित्थे तुसी देखते हो? लुधियाने दे विच, जलंधर दे विच चरणजीत सिंह चन्नी कह रहे जित रहे, राजा वड़िंग इत्थे, राहुल गांधी इत्थे पहुँच रहे, दोनों तो इत्थे रहन दी है। जलंधर ते लुधियाने की गल कर लीए, इत्थे दोनों थावां कांग्रेस पार्टी की आप पॉलिसी है, पहला कहिंदे सी पहला चन्नी जी ने कहा सी जलंधर का नाम लिया, रोपड़ च खड़ के प्रियंका जी नाल खड़े सी, उन्होंने तो स्पष्ट ही कहा सीगा UP बैर वाले भैया इतों असं निकाल देने, हूँ कांग्रेस कह रही है भी इतने असं वोट ही नहीं बन देने, फिर इतने पालदे की है साहब? दोनों पार्टियां रलिया हुई हैं, कांग्रेस पार्टी तो इतने पालदी की है लुधियाने के अंदर साहब? इन्हों लोगों तो वोट मंग रहे तुम जिन्होंने इतने कह रहे हैं, जिन्होंने अपने खून पसीने के नाल पंजाब की तरक्की योगदान पाया है, किसानी के झोना लाने थोनों उतों बिहार तो UP तो मजदूर चाहिए, इतने फैक्ट्रियां चलाने वास्ते थोनों उतों बंदे चाहिए, उन्होंने तुम कहते असं वोट नहीं पा देंगे तो उन्होंने तो वोटा पालते हैं सर। मैं समझना कि खुशफहमी च घुमरे, लोगों ने सारी गलतफहमियां इन्हें दूर कर देनी है, लोगों ने हुम मा के मोदी साहब को वोटा पाएंगे। तुम लगातार एक गल चकते रहे हो कि हिंदू सिटीजन पंजाब सैकेंड क्लास कांग्रेस समझती है, लुधियाने दे विच पंजाब नहीं समझता कांग्रेस समझती है, पंजाब दे विच पंजाब दे विच कांग्रेस लीडरशिप एग्जैक्टली पंजाब दे विच कांग्रेस समझती है, क्योंकि इत्थे भी आशू होरां दा जिक्र हुंदा है कि आशू होरां नूं पहला प्रधान दा जिक्र सी नहीं लगाया, फिर टिकट नहीं दित्ती गई, क्यों तुहानूं इह चीज़ मैं नहीं कह रहा साहब? आशू जी ने जदों कहा उस टाइम मैं भी उस पर चाकी मारी नहीं, मैं इस नज़र तो कदे देखो मैं अज तक किसी वो धर्म या जाति या वो दिख के आधार पर कदे नहीं तोलिया, जो बंदा चंगा है जो किसी भी धर्म नाल किसी जाति नाल समझ चंगा है, जेड़ा जे अंदरों माड़ा है वो माड़ा ही है साहब। पर जदों आशू जी ने कहा भी एक सिस्टमैटिक तरीके नाल साडी कांग्रेस जिहड़ी पंजाब कांग्रेस की लीडरशिप अज्ज दे दिन वो हिंदुआं नूं कर रही है, फिर वो मैं जो झाती मारी तो चाहे आशू जी है पहला तो प्रधानगी तो हटाया भी प्रधानगी बन गए सीगे उठा के वर्किंग प्रधान लाता जी, वो फिर की है यह वर्किंग है तो वह की करी जाते हैं, वो दर्शनी भलवान रखे तुम इतने माल खाण में बांदरी तो डंडे खाण में रिछ तो तुम इन करवाता, फिर टिकट इन्हों की कटती ब्रह्मेंद्रा जी धर्मवीर गांधी जी ले आए, विजेंद्र सिंगला उन्होंने टिकट दे के मारता, राणा KP जी ने टिकट मंगते सी उन्होंने टिकट कट के मारता, डावर साहब बैठे इतने किन्नी बारी बन गए MLA, अपने जो पांडे जी साहब बैठे राकेश पांडे जी, कि हिंदू लीडर नूं क्यों उभारिया नहीं जा रहा या साइड ते क्यों किया जा रहा है? देखो मेरा मन है साहब जदों आ रौला पिया सी चन्नी जी नूं बनाना सी बना देंदे, पर उन्होंने कहा नहीं इहनूं सुनील नूं नहीं बनाना, उदों मैं कहा शायद सुनील दे नाल इहनां लोकां दी नफरत है, चन्नी जी है, वड़िंग है, अपने रंधावा जी है, पर जदों इहनां ने आह गल कही है मैनूं अज लगता भी आह जिहड़े पंजाब कांग्रेस की लीडरशिप है हिंदुआं नाल नफरत करती है, उदों मैनूं आह लग्गिया भी उदों इहनां आह नहीं कहा सी भी सुनील नूं नहीं बन देना, उन्होंने कहा जे हिंदू बन गया तो पंजाब च अग लग जूगी साहब, यह जाण बुझ के हिंदुओं एक सैकेंड कैटेगरी से भी थोड़ी आ लाइन खिंचती, इस तो अगे तुसी नहीं जा सकते,
ਵਜ੍ਹਾ ਇਸ ਦੇ ਪਿੱਛੇ ਕੀ ਲੱਗਦਾ? ਸੋਚ ਸੋਚ ਮਾੜੀ ਹੈ ਕਾਂਗਰਸ ਪਾਰਟੀ, ਵੋਟ ਦੀ ਵਜ੍ਹਾ ਤਾਂ ਨਹੀਂ ਲੱਗਦੀ ਕਿ ਵੋਟ ਘੱਟ ਹੈ ਜਾਂ ਪਤਾ ਨਹੀਂ ਕੀ ਹੈ ਸਭ, ਨਫ਼ਰਤ ਜਿਹੜੀ ਹੈ ਨਾ ਇਹਨਾਂ ਦੇ ਦਿਲ ਦੇ ਅੰਦਰ, ਉਹ ਨਫ਼ਰਤ ਜਿਹੜੀ ਹੈ ਕਾਂਗਰਸ ਪਾਰਟੀ ਦੀ ਪੋਲਿਸੀ, ਇਹ ਛੋਟੇ ਸੋਚ ਵਾਲੇ ਲੋਕ ਡਿਸਾਈਡ ਕਰਨ ਲੱਗੇ ਸਾਹਿਬ। ਹਿੰਦੂ ਵੋਟ ਪਾਏਗਾ ਫਿਰ? ਉਹ ਤਾਂ ਹਿੰਦੂ ਦੇਖਣ ਸਾਹਿਬ, ਮੈਂ ਤਾਂ ਵੋਟਾਂ ਦਾ ਠੇਕੇਦਾਰ, ਮੈਂ ਤਾਂ ਨਹੀਂ ਕਹਿੰਦਾ ਵੀ ਮੈਂ ਸਾਰੀ ਹਿੰਦੂ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਦਾ। ਪਰ ਇੱਕ ਗੱਲ ਜਿਹੜੀ ਚੁਭਦੀ ਹੈ ਸਭ ਤੋਂ ਵੱਡੀ, ਖੈਰਾ ਜੀ ਦਾ ਬਿਆਨ ਆਇਆ ਸਾਡੇ ਯੂਪੀ ਬਿਹਾਰ ਵਾਲੇ ਪ੍ਰਵਾਸੀ ਭਾਈ, ਨਾਲ ਦੀ ਨਾਲ ਕਾਂਗਰਸ ਪਾਰਟੀ ਨੇ ਕਹਿਤਾ ਨਹੀਂ ਜੀ ਉਨਕੇ ਆਪਣੇ ਵਿਚਾਰ ਹੈ। ਸੈਮ ਪਿਟਰੋ ਦਾ ਜੀ ਦਾ ਇਸ ਕਿਸਮ ਦੇ ਬਿਆਨ ਆਏ ਵੀ ਉਹ ਸਾਊਥ ਵਾਲੇ ਕਾਲੇ ਰੰਗ ਦੇ ਹੁੰਦੇ, ਉਹ ਤਾਂ ਅਫਰੀਕਨ ਲੱਗਦੇ ਹੈ, ਆਪਣੇ ਨੌਰਥ ਈਸਟ ਵਾਲੇ ਤਾਂ ਚੀਨੀ ਲੱਗਦੇ ਆ, ਇਸ ਕਿਸਮ ਦੇ ਬਿਆਨ ਆਏ, ਨਾਲ ਦੀ ਨਾਲ ਸਾਰੀ ਕਾਂਗਰਸ ਨੇ ਰਿਜੈਕਟ ਕਰਤਾ। ਅੱਜ ਤਾਈਂ 2.5 ਸਾਲ 3 ਸਾਲ ਹੋ ਗਏ ਕਿਸੇ ਕਾਂਗਰਸ ਪਾਰਟੀ ਦੇ ਲੀਡਰ ਨੇ ਆਹ ਨਹੀਂ ਕਿਹਾ ਵੀ ਜਿਹੜੀ ਅੰਬਿਕਾ ਸੋਨੀ ਅਤੇ ਇਹ 3-4 ਲੀਡਰ ਜੋ ਕਹਿ ਰਹੇ ਹੈ ਹਿੰਦੂਆਂ ਦੇ ਪ੍ਰਤੀ ਜਿਹੜੀ ਨਫ਼ਰਤ ਫੈਲਾ ਰਹੇ ਆ ਵੀ ਹਿੰਦੂ ਕਦੇ ਇੱਥੇ ਆਪ ਬਣ ਗਿਆ ਅੱਗੇ ਅਤੇ ਅੱਗ ਲੱਗ ਜੂਗੀ, ਆਹ ਕਾਂਗਰਸ ਪਾਰਟੀ ਦੀ ਪੋਲਿਸੀ ਨਹੀਂ ਸੁਣਿਆ ਤੁਸੀਂ, ਫਿਰ ਕੌਣ, ਫਿਰ ਲੋਕਾਂ ਨੇ ਦੇਖਣਾ ਸਾਹਿਬ ਵੀ ਤੁਸੀਂ ਇਹਦੇ ਬਾਵਜੂਦ ਵੀ ਜੇ ਕਾਂਗਰਸ ਨੂੰ ਵੋਟ ਪਾਓਗੇ ਪੰਜਾਬ ਦੇ ਅੰਦਰ, ਫਿਰ ਇਹਦਾ ਫੈਸਲਾ ਲੋਕਾਂ ਦਾ ਹੈ। ਪਰ ਆਹ ਗੱਲ ਚੁਭਦੀ ਹੈ ਵੀ ਅੱਜ ਤਾਈਂ ਇਹ ਤੁਸੀਂ ਐਡਾ ਅਹੰਕਾਰ ਆ ਗਿਆ ਪੰਜਾਬ ਕਾਂਗਰਸ ਦੇ ਅੰਦਰ ਵੀ ਅਸ ਕਹਿ ਦਿੰਦੇ ਵੀ ਨਹੀਂ ਜੀ ਆਹ ਹੋ ਸਕਦਾ ਅੰਬਿਕਾ ਸੋਨੀ ਜਾਂ ਚੰਨੀ ਜੀ ਨੇ ਆਪਣੇ ਲਾਲਚ 'ਚ ਚੀਫ ਮਿਨਿਸਟਰ ਬਣ 'ਚ ਕਹਿ ਦਿਓ, ਪਰ ਕਾਂਗਰਸ ਪਾਰਟੀ ਦੀ ਪੋਲਿਸੀ ਨਹੀਂ ਅੱਜ ਤਾਈਂ ਨਹੀਂ ਕਿਹਾ ਸਾਹਿਬ। ਅਤੇ ਆਹ ਗੱਲ ਲੋਕਾਂ ਨੂੰ ਚੇਤਾਉਣ ਵਾਸਤੇ ਮੈਂ ਕਿਹਾ ਦੇਖੋ ਇਹਨਾਂ ਲੋਕਾਂ ਨੂੰ ਵੋਟ ਪਾ ਦਿਓਗੇ ਤਾਂ ਰਾਹੁਲ ਗਾਂਧੀ ਜੀ ਨੂੰ ਐਂ ਲੱਗੂਗਾ ਵੀ ਪੰਜਾਬ ਦੇ ਲੋਕ ਤਾਂ ਇਸ ਗੱਲ ਨਾਲ ਸਹਿਮਤ ਹੈ ਵੀ ਪੰਜਾਬ ਦਾ ਜਿਹੜਾ ਹਿੰਦੂ ਹੈ ਉਹ ਤਾਂ 2 ਨੰਬਰ ਦਾ ਹੀ ਰੱਖੀਏ ਅਤੇ ਤੁਸੀਂ ਬਾਕੀ ਕਰ ਲਓ। ਇਸ ਵਾਸਤੇ ਮੈਂ ਲੋਕਾਂ ਨੂੰ ਕਹਾਂ ਇਹਨਾਂ ਨੂੰ ਸਬਕ ਸਿਖਾਓ, ਕਿਉਂਕਿ ਲੋਕਤੰਤਰ ਦੇ ਅੰਦਰ ਪੰਕਜ ਜੀ ਸਟਰੋਂਗ ਅਪੋਜੀਸ਼ਨ ਜ਼ਰੂਰੀ ਹੈ। ਜੇ ਕਾਂਗਰਸ ਪਾਰਟੀ ਨੂੰ ਇਹ ਛੋਟੇ ਸੋਚ ਵਾਲੇ ਲੀਡਰ ਰੋਲ ਦੇਣਗੇ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਅੰਦਰ ਦੇਖੋ ਗੌਰਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਸਰਕਾਰ ਦੇ ਤੌਰ 'ਤੇ, ਅਫਰਾ ਤਫਰੀ ਤੁਸੀਂ ਦੇਖ ਰਹੇ ਹੋ। ਅਪੋਜੀਸ਼ਨ ਪਾਰਟੀ ਦੇ ਕਾਂਗਰਸ ਪਾਰਟੀ ਅਪੋਜੀਸ਼ਨ ਦਾ ਰੋਲ ਨਹੀਂ ਨਿਭਾ ਸਕੀ। ਜਿਹੜੇ ਇਹ ਅਪੋਜੀਸ਼ਨ ਦੇ ਲੀਡਰ ਭਗਵੰਤ ਮਾਨ ਜੀ ਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕੇ, ਤੁਸੀਂ ਦੱਸੋ ਜੇ ਇਹਨਾਂ ਨੂੰ ਚੁਣ ਕੇ ਭੇਜਤਾ ਜੀ ਖੁਦਾ ਨਾ ਖਾਸਤਾ ਕਿਤੇ, ਅਤੇ ਇਹ ਰਾਜਾ ਵੜਿੰਗ ਜੀ ਅਤੇ ਆ ਜਿਹੜੇ ਰੰਧਾਵਾ ਜੀ ਅਤੇ ਚੰਨੀ ਜੀ ਇਹ ਪ੍ਰਧਾਨ ਮੰਤਰੀ ਮੋਦੀ ਦੀ ਅੱਖ 'ਚ ਅੱਖ ਪਾ ਕੇ ਸਵਾਲ ਕਰ ਲੈਣਗੇ ਕੋਈ? ਇਹ ਲੋਕ ਇਸ ਕਾਬਲ ਨਹੀਂ ਸਭ। ਮੈਂ ਇਸ ਕਰਕੇ ਇਹਨਾਂ ਨੇ ਪ੍ਰੂਵ ਕੀਤਾ ਆਪਣੇ ਆਪ ਨੂੰ ਵੀ ਅਸੀਂ ਆਪਣੇ ਕੁਕਰਮਾ ਕਰਕੇ ਭਗਵੰਤ ਮਾਨ ਜੀ ਦੀ ਅੱਖ 'ਚ ਅੱਖ ਪਾ ਕੇ ਨਹੀਂ ਦੇਖ ਸਕਦੇ, ਕਿਉਂਕਿ ਉਹਨਾਂ ਨੇ ਕੇਸ ਕਰ ਦੇਣੇ ਹੈ। ਆਖਰੀ ਗੱਲ ਕਹੂੰਗਾ ਜੀ, ਗੀਤਾ 'ਚ ਲਿਖਿਆ ਹੈ ਕਰਮਨਿਵਾਧਿਕਾਰਸ ਤੇ ਮਾਂ ਫਲੇਸ਼ੁ ਕਦਾਚਨਾ, ਤੁਸੀਂ ਆਪਣੇ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ। ਪਰ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਹੋ ਕੇ ਰਿਹਾ ਉਹ ਸਾਰੇ ਦਿਨ ਫਲ ਦੀ ਚਿੰਤਾ ਕਰਦੇ ਹੈ, ਕਿਉਂਕਿ ਕੁਕਰਮ ਕੀਤੇ ਹੈ, ਫਲ ਉਹਨਾਂ ਨੂੰ ਦਿਖ ਰਿਹਾ ਵੀ ਫਲ ਸਿੱਧਾ ਜੇਲ੍ਹ 'ਚ ਲੈ ਕੇ ਜਾਊਗਾ। ਇਹਦੇ ਕਰਕੇ ਹਰ ਉਹਨਾਂ ਦਾ ਜਿਹੜਾ ਸਟੈਪ ਹੈ ਵੀ ਦੇਖਿਓ ਕਿਸ ਤਰ੍ਹਾਂ ਬਚਾਈਏ, ਜਾਨ ਬਚਾਈਏ, ਇੱਥੇ ਇਹਨਾਂ ਤੋਂ ਜਾਨ ਬਚਾ ਰਹੇ ਹੈ ਭਗਵੰਤ ਮਾਨ ਜੀ ਤੋਂ, ਜੇ ਕਿਤੇ ਉੱਥੇ ਜਾਵੜੇ ਤਾਂ ਉੱਥੇ ਈਡੀ ਤੋਂ ਜਾਨ ਬਚਾਉਂਦੇ ਫਿਰਨਗੇ। ਇਹਨਾਂ ਨੇ ਕੰਮ ਹੀ ਇੰਨੇ ਮਾੜੇ ਕੀਤੇ ਹੈ, ਦੇ ਆਰ ਨੋਟ ਫਿੱਟ ਫੋਰ ਨਾਈਦਰ ਅਪੋਜੀਸ਼ਨ ਰੋਲ ਨਾ ਹੀ ਆਪ ਸਰਕਾਰ, ਤਾਂ ਗੱਲ ਹੀ ਛੱਡ ਦਿਓ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣਾ ਵੋਟ ਖਰਾਬ ਨਾ ਕਰਕੇ ਪਾਓ ਕਿਸੇ ਨੂੰ ਵੋਟ, ਪਰ ਆਹ ਜਿਹੜੀ ਸੋਚ ਹੈ ਕਾਂਗਰਸ ਦੀ ਵੀ ਹਿੰਦੂ ਜਿਹੜਾ ਹੈ 2 ਨੰਬਰ ਹੀ ਰੱਖਣਾ ਚਾਹੀਦਾ, ਇਹਦਾ ਛਾਂਗੇ ਠੀਕ ਰਹਿੰਦੇ ਆ, ਉਹਨੂੰ ਲੋਕ ਆਪਣਾ ਫੈਸਲਾ ਲੈਣ। ਮੈਂ ਇਕੱਲਾ ਹਿੰਦੂਆਂ ਨੂੰ ਨਹੀਂ ਅਪੀਲ ਕਰਦਾ, ਮੈਂ ਤਾਂ ਅਪੀਲ ਸਿੱਖ ਭਰਾਵਾਂ ਨੂੰ ਕਰਦਾ ਵੀ ਇਹ ਗੁਰੂ ਮਹਾਰਾਜ ਦੀ ਉਸ ਸਾਡੀ ਜਿਹੜੀ ਉਹਨਾਂ ਨੇ ਸੇਧ ਸਾਨੂੰ ਦਿੱਤੀ ਹੈ ਵੀ ਸਾਰੇ ਬਰਾਬਰ ਹੈ, ਗੁਰੂ ਤੇਗ ਬਹਾਦਰ ਨੇ ਇਸ ਤਰ੍ਹਾਂ ਦਾ ਨਹੀਂ ਕਿਉਂ ਆਪਣੀ ਜਾਨ ਦਿੱਤੀ ਸੀ, ਵੀ ਇਹਨਾਂ ਨੂੰ ਗਲ ਨਾ ਲਾਇਆ ਸੀਗਾ ਹਿੰਦੂਆਂ ਨੂੰ। ਇਹ ਲੋਕ ਬਦਨਾਮ ਕਰ ਰਹੇ ਪੰਜਾਬ ਨੂੰ, ਜਿਸ ਕਰਕੇ ਤਾਂ ਇਹ ਸਨ ਸੁਨੀਲ ਜੱਖੜ ਦੇਖ ਲਿਓ ਜੀ। ਹਾਂਜੀ, ਆ ਮੇਰੇ ਵਾਲੀ ਗੱਡੀ ਡਿਫੈਂਡਰ ਹੈ ਨਹੀਂ, 2.25 ਕਰੋੜ ਦੀ ਹੈ ਨਹੀਂ,
ਤੁਸੀਂ ਅੱਜ ਕੱਲ੍ਹ ਵੱਡੀ ਗੱਡੀਆਂ 'ਚ ਤੁਹਾਨੂੰ ਸ਼ੌਂਕ ਹੋ ਗਿਆ ਅਤੇ ਵੱਡੀ ਗੱਡੀਆਂ 'ਚ ਬੈਠ ਬੈਠ ਕੇ ਉਹਨਾਂ ਦੇ ਨਾਲ ਕਰਦੇ ਹੋ ਵੱਡੇ ਲੀਡਰਾਂ ਕੋਲ, ਟਰੈਕਟਰ 'ਤੇ ਵੀ ਰਹੇ ਤੇ ਅਸੀਂ ਸਾਰੇ ਡਿਫੈਂਡਰ 'ਤੇ ਅਜੇ ਬੈਠੇ ਨਹੀਂ ਅਸੀਂ, ਸ਼ਾਇਦ ਤੁਸੀਂ ਪਹਿਲਾਂ ਬੈਠੇ ਹੋ, ਕਿਸੇ ਹੋਰ ਨੇ ਦੇਖਿਆ ਹੋਣਾ ਤਾਂ ਹੋਰ ਲੀਡਰ ਜਿਹੜੇ ਟਰੈਕਟਰ 'ਤੇ ਹੀ ਤੁਸੀਂ ਮੇਰੇ ਖਿਆਲ 'ਚ ਤੁਸੀਂ ਤੁਹਾਡੇ ਕੋਈ ਨਰਪਿੰਦਰ ਜੀ ਮੇਰੇ ਖਿਆਲ 'ਚ ਉਹ ਡਿਫੈਂਡਰ 'ਚ ਬੈਠੇ ਸੀ ਲੀਡਰਾਂ ਨਾਲ, ਇਸ ਕਰਕੇ ਜਿਹੜੇ ਡਿਫੈਂਡਰ ਸਿਆਸਤ ਉਹਨਾਂ ਕੋਲ ਪੈਸੇ ਆਉਂਦੇ ਕਿੱਥੋਂ ਨੇ, ਮਤਲਬ ਤੁਹਾਡੇ ਕੋਲ ਹੈ ਡਿਫੈਂਡਰ ਜੋ ਕਿ ਪੈਸੇ, ਜਾਂ ਮਤਲਬ ਸਿਆਸੀ ਲੀਡਰਾਂ ਕੋਲ ਹੁੰਦਾ ਕੀ ਹੈ ਕਿ ਇੱਕਦਮ ਡਿਫੈਂਡਰ ਲੈ ਲਈ ਜਾਂ ਇੱਕਦਮ ਇੱਦਾਂ ਦੀਆਂ ਗੱਡੀਆਂ ਮਹਿੰਗੀਆਂ ਲੈ ਲਈਆਂ, ਕਿੱਥੋਂ ਪੈਸਾ ਕਿੱਥੋਂ ਆਉਂਦਾ? ਇਹ ਲੋਕਾਂ ਦਾ ਮਾਲ ਹੈ ਸਭ, ਲੁੱਟ ਰਹੇ ਮਾਲ ਨੂੰ। ਆਹ ਜਿਹੜਾ ਕਹਿ ਰਹੇ ਸੀ ਨਾ ਵੀ ਇੱਥੇ 20,000 ਕਰੋੜ ਰੁਪਇਆ ਰੇਤੇ ਦਾ ਹੈ ਅਤੇ 40,000 ਕਰੋੜ ਰੁਪਇਆ ਸ਼ਰਾਬ 'ਚੋਂ ਕੱਢ ਲਾਂਗੇ, ਕੱਢ ਤਾਂ ਰਹੇ ਸਭ, ਉਹ ਡਿਫੈਂਡਰਾਂ 'ਚ ਜਾ ਰਹੇ, ਹੋਰ ਪੈਸੇ ਦਾ ਕਰਨ ਕੀ, ਖਾਣੀ ਤਾਂ ਦਾਲ ਰੋਟੀ ਹੈ, ਉਹ ਡਿਫੈਂਡਰਾਂ 'ਚ ਜਾਂਚ ਨਹੀਂ ਹੋਣੀ ਚਾਹੀਦੀ ਜੇ ਬਿਲਕੁਲ ਕਿਸੇ ਨੇ ਮਤਲਬ ਪਤਾ ਲੱਗੇ ਕਿੱਥੋਂ ਪੈਸਾ ਹੈ ਸਾਰਾ ਕੁਛ। ਮੈਂ ਤਾਂ ਅਮਿਤ ਸ਼ਾਹ ਜੀ ਨੂੰ ਸਟੇਜ 'ਤੇ ਕਿਹਾ ਸੀਗਾ ਵੀ ਇੱਕ ਅੱਧਾ ਕੋਈ ਗਾਂ ਜਦੋਂ ਤੋਂ ਫੜ ਕੇ ਨਹੀਂ ਟੰਗਦੇ, ਵੱਡੇ ਨੂੰ ਹੱਥ ਪਾਓ ਸਾਹਿਬ, ਛੋਟੇ ਵੱਡੇ ਜਿਹੜਿਆਂ ਦੇ ਘਰੇ 10-10 ਕਰੋੜ ਰੁਪਇਆ ਮਿਲਦਾ ਹੈ, ਜਿਹੜੇ ਡਿਫੈਂਡਰਾਂ 'ਚ ਚੜੇ ਫਿਰਦੇ ਆ, ਕੋਈ ਬੱਸਾਂ 850 ਬੱਸ ਹੈ ਜੀ, 826 ਬੱਸਿਸ। ਅਮਿਤ ਸ਼ਾਹ ਕੀ ਕਹਿੰਦੇ ਜਦੋਂ ਤੋਂ ਕਿਹਾ ਵੱਡਾ ਕਾਟ? ਉਹ ਸਟੇਜ 'ਤੇ ਹੁਣ ਥੋੜ੍ਹਾ ਉਹਨਾਂ ਨੇ ਮੇਰੀ ਕੋਈ ਗਵਰਨਮੈਂਟ ਦੀ ਪੋਲਿਸੀ ਸਟੇਜ 'ਤੇ ਨਹੀਂ ਡਿਸਾਈਡ ਹੁੰਦੀ, ਪਰ ਮੈਂ ਕਿਹਾ ਪੰਜਾਬ ਨੂੰ ਜਿੱਥੇ ਨਸ਼ਾ ਖਾ ਰਿਹਾ ਉੱਥੇ ਹੀ ਹੈ ਕਰਪਸ਼ਨ ਖਾਈ ਜਾ ਰਹੀ ਹੈ, ਵੱਡੇ ਲੋਕ ਹੈ, ਉਹ ਵੱਡਿਆਂ ਨੂੰ ਹੱਥ ਨਹੀਂ ਪੈਂਦਾ, ਫਿਰ ਛੋਟੇ ਕਹਿੰਦੇ ਲੈ 10 ਕਰੋੜ ਲਾਲਾ, ਉਹਨੂੰ ਅਜੇ ਹੱਥ ਨਹੀਂ ਪਾਇਆ, ਜੇ ਮੈਂ ਕਿਸੇ ਤੋਂ 5 ਲੱਖ ਰੁਪਈਏ ਫੜ ਲਏ ਤਾਂ ਉਹ ਤਾਂ ਫਿਰ, ਇਸ ਕਰਕੇ ਗਲਤ ਮੈਸੇਜ ਜਾਂਦਾ। ਵੱਡਾ ਕੋਈ ਇੱਕ ਲੀਡਰ ਟੰਗੋ, ਪਤਾ ਲੱਗੇ, ਜਿਸ ਤਰ੍ਹਾਂ ਹੁਣ ਜੇ ਚੀਫ ਮਿਨਿਸਟਰ ਸਾਹਿਬ ਨੇ ਜੇ ਦਿੱਲੀ 'ਚ ਕੀਤਾ ਤਾਂ ਭੁਗਤਣਗੇ ਸਾਹਿਬ, ਬਾਕੀਆਂ ਨੂੰ ਵੀ ਅਕਲ ਆਊਗੀ, ਇਸੇ ਕਰਕੇ ਆ ਸਰਕਾਰ ਡਿੱਗੂਗੀ। ਚਲੋ ਧੰਨਵਾਦ। ਤਾਂ ਇਹ ਸਨ ਸੁਨੀਲ ਜਾਖੜ ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ, ਪੰਕਜ ਪਾਈ, ਨਿਊਜ਼ 18 ਲੁਧਿਆਣਾ।